ਸਥਾਨਕ ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਤਿੰਨ ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਹੌਲਦਾਰ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ ਥਾਣਾ ਮੋਗਾ ਪੁਲਿਸ ਵੱਲੋਂ 24 ਜੁਲਾਈ 2010 ਨੂੰ ਨੈਸ਼ਨਲ ਮੈਡੀਕਲ ਹਾਲ ਅਕਲੀਆ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਨ ਦੇ ਦੋਸ਼ ਵਿੱਚ NDPS ਐਕਟ ਅਧੀਨ ਬਲਦੇਵ ਸਿੰਘ ਵਾਸੀ ਅਕਲੀਆ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮੌਕੇ ਤੇ ਕੇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਸਤੀਸ਼ ਕੁਮਾਰ ਮਹਿਤਾ ਨੇ ਕਿਹਾ, ਮਾਨਯੋਗ ਸ਼੍ਰੀ ਦਲਜੀਤ ਸਿੰਘ ਰੱਲਣ ਸਪੈਸ਼ਲ ਜੱਜ NDPS ਐਕਟ ਮਾਨਸਾ ਐਡੀਸ਼ਨ ਸੈਸ਼ਨ ਜੱਜ ਮਾਨਸਾ ਨੇ ਇੱਕ ਕੇਸ ਰਮੇਸ਼ ਕੁਮਾਰ ਵਰਸੀ ਮਲਕੀਤ ਸਿੰਘ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ 7-7 ਸਾਲ ਦੀ ਕੈਦ ਕੀਤੀ ਹੈ, ਜਿਹਦੇ ਵਿੱਚ ਮੇਨ ਐਲੀਗੇਸ਼ਨ ਇਹ ਸੀਗੇ ਵੀ ਰਮੇਸ਼ ਕੁਮਾਰ ਨੂੰ ਮਾਨਸਾ ਦੁਕਾਨ ਤੋਂ ਚੱਕ ਕੇ 4-8-2010 ਨੂੰ ਉਹਨਾਂ ਨੇ ਚੱਕਿਆ ਔਰ ਚੱਕ ਕੇ ਲਿਜਾ ਕੇ ਉਹਦੇ ਤੇ ਇੱਕ ਪਹਿਲਾਂ ਚੱਲਦੇ ਕਿਸੇ ਹੋਰ ਕੇਸ ਸਟੇਟ ਵਰਸ ਬਲਦੇਵ ਸਿੰਘ ਦੇ ਵਿੱਚ ਉਹਨੂੰ ਮੁਲਜ਼ਮ ਬਣਾ ਕੇ ਉਹਦੇ ਝੂਠੀ ਰਿਕਵਰੀ ਦਿਖਾ ਦਿੱਤੀ। 1/2 ਕਿਲੋ ਨਸ਼ੀਲੇ ਪਾਊਡਰ ਦੀ ਰਿਕਵਰੀ ਦਿਖਾਈ ਸੀ ਔਰ ਉਹਦੀ ਦੁਕਾਨ ਤੋਂ ਚੱਕਣ ਦੇ ਬਾਰੇ CCTV ਦੇ ਵਿੱਚ ਉੱਥੇ ਦੁਕਾਨ ਤੇ ਜੋ ਲੱਗਿਆ ਸੀ ਸਾਰੀ ਰਿਕਾਰਡਿੰਗ ਹੋ ਗਈ, ਜਿਹਦੇ ਵਿੱਚ ਸਾਰੀ ਗੱਲ ਸਾਹਮਣੇ ਆ ਗਈ ਵੀ ਇਹਨੂੰ ਦੁਕਾਨ ਤੋਂ ਚੱਕਿਆ ਗਿਆ 4-8-10 ਨੂੰ 10:58 ਤੇ ਚੱਕਿਆ ਗਿਆ ਔਰ ਰਮੇਸ਼ ਕੁਮਾਰ ਦੇ ਭਰਾ ਚਿਮਨ ਲਾਲ ਨੇ 12:30-12 ਵਜੇ ਦੇ ਕਰੀਬ ਹਾਈਕੋਰਟ DGP ਚੰਡੀਗੜ੍ਹ ਤੇ ਸ਼ੈਨਜਾ ਸਾਹਿਬ ਨੂੰ ਟੈਕਸ ਕਰਕੇ ਇਤਲਾਹ ਦਿੱਤੀ ਵੀ ਮੇਰੇ ਮਰਦ ਨੂੰ ਪੁਲਿਸ ਚੱਕ ਕੇ ਲੈ ਗਈ, ਝੂਠਾ ਕੇਸ ਪਾਊਗੀ, ਜਿਹਦੇ ਕਰਕੇ ਉਹ ਸਾਰਾ ਰਿਕਾਰਡ ਸਾਬਤ ਹੋ ਗਿਆ ਵੀ ਇਹਨੂੰ ਦੁਕਾਨ ਤੋਂ ਮਾਨਸਾ ਚੱਕਿਆ ਗਿਆ ਸੀ, ਲੇਕਿਨ ਇਹਦੀ ਝੂਠਾ ਕੇਸ ਜਾ ਕੇ ਸ਼ਾਮ ਨੂੰ 6 ਵਜੇ ਇਹਨੂੰ ਕਿਸੇ ਹੋਰ ਜਗ੍ਹਾ ਤੋਂ ਅਰੈਸਟ ਦਿਖਾ ਕੇ ਇਹਨਾਂ ਤੇ ਰਿਕਵਰੀ ਝੂਠੀ ਪਾਈ ਗਈ ਹੈ। ਉਹ ਇਸ ਗਾਸੇ ਦੇ ਵਿੱਚ ਸਾਰੇ ਪੁਲਿਸ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ, ਜਦੋਂ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਨਾਲ ਵਿੱਚ ਹਾਜ਼ਰ ਸੀ ਪਰ ਉਹਦਾ ਕੋਈ ਰੋਲ ਨਹੀਂ ਸੀ ਉਹਨੂੰ ਬਰੀ ਕੀਤਾ ਗਿਆ, ਮਲਕੀਤ ਸਿੰਘ। ਜਿਹੜਾ ਕੇਸ ਪੁਲਿਸ ਨੇ ਰਮੇਸ਼ ਕੁਮਾਰ ਤੇ ਪਾਇਆ ਸੀ ਉਹਦੇ ਵਿੱਚ ਅਦਾਲਤ ਨੇ ਰਮੇਸ਼ ਕੁਮਾਰ ਨੂੰ ਬਾਅਦ ਚ ਬਰੀ ਕਰ ਦਿੱਤਾ।